ਘਟਨਾ ਜਲੰਧਰ ਦੇ ਫਿਲੌਰ ਕਸਬੇ ਦੀ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੰਮ ਕੇ ਇੱਥੇ ਇੱਟਾਂ ਰੋੜੇ ਵੀ ਚਲਾਏ ਗਏ ਨੇ। ਮਾਮੂਲੀ ਜੀ ਗੱਲ ਕਰਕੇ ਜੋ ਹੈ ਇਹ ਝੜਪ ਖੂਨੀ ਰੂਪ ਦੇ ਵਿੱਚ ਬਦਲ ਗਈ। ਝਗੜਾ ਇੰਨਾ ਵੱਧ ਗਿਆ ਕਿ ਇੱਕ ਧਿਰ ਵੱਲੋਂ ਜੋ ਹੈ ਫਾਇਰਿੰਗ ਵੀ ਕੀਤੀ ਗਈ। ਮਾਮਲਾ ਇੱਥੇ ਹੀ ਨਹੀਂ ਰੁਕਿਆ। ਦੱਸ ਦਈਏ ਕਿ ਗੋਲੀਆਂ ਚਲਾਉਣ ਤੋਂ ਬਾਅਦ ਵੀ ਦੋਸ਼ੀਆਂ ਨੇ ਇਲਾਕੇ ਦੇ ਵਿੱਚ ਭੰਨ ਤੋੜ ਕੀਤੀ ਅਤੇ ਕਈ ਘਰਾਂ 'ਤੇ ਇੱਥੇ ਉਹਨਾਂ ਵੱਲੋਂ ਪਥਰਾਅ ਵੀ ਕੀਤੇ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫਿਲੌਰ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਉਸਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੂਰਾ ਮਾਮਲਾ ਕੀ ਹੈ ਅਧਿਕਾਰੀ ਅਤੇ ਦੋਵਾਂ ਧਿਰਾਂ ਵੱਲੋਂ ਸੁਣੋ। ਕੀ ਨਾਂ ਹੈ ਤੁਹਾਡਾ ਭੈਣ ਜੀ, ਕੀ ਕਹਿਣਾ ਚਾਹੁੰਦੇ, ਕੀ ਨਾਂ ਤੁਹਾਡਾ? ਪੂਜਾ ਮੇਰਾ ਨਾਮ ਆ, ਸੰਜੂ ਦੀ ਵਾਈਫ ਆ ਮੈਂ, ਜਿਹਦੇ ਪਹਿਲਾਂ ਗੋਲੀ ਚੱਲੀ ਸੀ। ਹਾਂਜੀ, ਜਿਹਦੇ ਪਹਿਲਾਂ ਗੋਲੀ ਚੱਲੀ ਸੀ ਉਹਦੀ ਵਾਈਫ ਆ ਮੈਂ। ਹਾਂਜੀ, ਤੇ ਅੱਜ ਛੋਟੇ ਜਿਹੇ ਮੁੰਡੇ ਨਾਲ, ਛੋਟੇ ਮੁੰਡੇ ਨਾਲ, ਅੱਜ ਵਿਜੇ ਦਾ ਮੁੰਡਾ 17 ਸਾਲ ਦਾ, ਉਹਦੇ ਨਾਲ ਲੜਾਈ ਹੋ ਗਈ ਮਨੀ ਦੇ ਮੁੰਡੇ ਦੀ। ਮਨੀ ਦੇ ਮੁੰਡੇ ਦੀ ਵੇਸ ਵਸਾਈ ਹੋਈ, ਅਸੀਂ ਹਟਾ ਕੇ ਅਲੱਗ ਅਲੱਗ ਕਰ ਦਿੱਤੇ ਆ। ਤੇ ਉਹ ਵੀਜ਼ਾ ਆਇਆ, ਲੁਧਿਆਣੇ ਜਾ ਰਿਹਾ ਸੀ ਵੀਜ਼ਾ, ਵੀਜ਼ਾ ਵਾਪਸ ਆਇਆ, ਮੈਂ ਵੀਜ਼ੇ ਦੇ ਨਾਲ ਨਾਲ ਹੀ ਆਈ। ਮੈਂ ਕਿਹਾ ਬਾਈ ਕੋਈ ਲੜਾਈ ਨਹੀਂ, ਕੋਈ ਪੜ੍ਹਾਈ ਨਹੀਂ, ਕਹਿੰਦਾ ਮੈਂ ਕਿਹੜਾ ਲੜਨ ਜਾ ਰਿਹਾ, ਮੈਂ ਲਾਂਭਾ ਹੀ ਦੇਣ ਜਾ ਰਿਹਾ ਉਹਨਾਂ ਨੂੰ। ਤੇ ਇਹ ਮਨੀ ਤੇ ਮਨੀ ਦੇ ਘਰ ਵਾਲੀ ਆਈ ਇੱਥੇ ਨੱਠ ਕੇ, ਤੇ ਉਹ ਵੀਜ਼ੇ ਦੇ ਹੱਥ ਪੜਾਥੀ ਜਿਹਾ ਪੈਣ ਲੱਗਾ। ਵੀਜ਼ੇ ਨੇ ਮਾਰਤੀ ਉਹਦੇ ਚਪੇੜ, ਚਪੇੜ ਮਾਰਤੀ ਉਹਦੇ ਮੁੰਡੇ ਨੇ, ਦੇਖ ਲਿਆ ਤਾਂ ਚਪੇੜ ਮਾਰੀ ਮੇਰਾ ਡੈਡੀ ਦੇ, ਉਹਨੇ ਉਹ ਖੂੰਜੇ ਚੋਂ ਖੜ ਕੇ ਉਹਦੇ ਮੁੰਡੇ ਨੇ ਨਾ ਉੱਤੇ ਆਪਣੇ ਕੋਠੇ ਦੇ ਉੱਤੇ ਲੁਕੇ ਸੀ। ਜਦੋਂ ਦੇਖ ਲਿਆ ਨਾ ਵੀਜ਼ੇ ਆ ਗਿਆ, ਉੱਤੇ ਖੜੇ ਸੀ, ਉਹਨਾਂ ਨੇ ਉੱਤੋਂ 2 ਫੇਰ ਕੀਤੇ ਆ। ਜਦੋਂ ਉਹਨਾਂ ਨੇ ਫੇਰ ਕੀਤੇ ਤਾਂ ਵੀਜ਼ੇ ਲੋਖੇ ਨੱਠ ਕੇ ਇੱਧਰ ਨੂੰ ਹੋ ਗਿਆ, 2 ਫੇਰ ਹੋਇਆ। ਦੇਖ ਪਹਿਲਾਂ ਵੀ ਸਾਡਾ ਸੀ ਇਹੀ ਨੀਤੀ ਚਾਹੁੰਦੇ ਆ, ਤੇ ਪਹਿਲਾਂ ਵੀ ਮੇਰੇ ਘਰ ਵਾਲੇ ਤੇ ਗੋਲੀ ਇਹੀ ਗੱਲ ਤੋਂ ਚੱਲੀ ਆ। ਹੈ ਪਾਰਸਲ ਨੇ ਚਲਾਈ ਆ, ਪਾਰਸਲ ਆ ਜਿਹੜਾ ਉਹਦਾ ਮੁੰਡਾ, ਮਨੀ ਦਾ ਮੁੰਡਾ, ਮਨੀ ਦਾ ਮੁੰਡਾ ਦਾ 2 ਫੇਰ ਹੋਏ ਆ, 2 ਫੇਰ ਹੋਇਆ, 2 ਫੇਰਾ ਮੰਦਰ ਦੀ ਤੁਹਾਨੂੰ ਬਸ ਇਹੀ ਚਾਹੁੰਦੇ ਤੇ ਸਾਨੂੰ ਇਨਸਾਫ ਚਾਹੀਦਾ। ਕੁਛ ਨੀ ਹੋਇਆ, ਜਿਹੜੇ ਸ਼ੇਖ, ਮੇਰਾ ਨਾਮ ਵਰਖਾ ਜੀ, ਕੁਛ ਨੀ ਹੋਇਆ। ਇੱਥੇ ਮੁੰਡੇ ਸੀ, ਮੇਰੇ ਇਕੱਲੇ ਮੁੰਡੇ ਨੇ ਇੱਥੇ ਘੇਰ ਲਿਆ, 5-6 ਜਣਿਆਂ ਨੇ ਮੇਰੇ ਨਾਲ ਬਹਿਸ ਵਸਾਈ। ਮੈਂ ਕਿਹਾ ਪੁੱਤ ਚਲੋ ਜਾਓ, ਮੈਂ ਕਿਹਾ ਵੀਜੇ ਦਾ ਮੁੰਡਾ ਵੀ ਸੀ, ਅਨਕੇਤ ਹੁਣੀ, ਸ਼ੇਖ ਹੁਣੀ, ਸਾਰੇ ਜਣੇ ਸੀ, 5-7 ਜਣੇ। ਮੈਂ ਕਿਹਾ ਪੁੱਤ ਕੋਈ ਲੜਾਈ ਨੀ, ਤੁਸੀਂ ਰੋ ਰੋ ਲੜਦੇ ਨਾ ਚੰਗੇ ਲਾ ਦੇ ਵੀ ਆਪਾਂ ਕਹਿੰਦੇ ਇੱਥੇ ਜ਼ਮੀਨਾਂ ਵੰਡਣੀਆਂ। ਮੈਂ ਵੀਜੇ ਦੇ ਮੁੰਡੇ ਨੂੰ ਕਿਹਾ, ਮੈਂ ਕਿਹਾ ਵੀਜੇ, ਮੈਂ ਕਿਹਾ ਕਾਕਾ ਤੇਰੀ ਕੋਈ ਲੜਾਈ ਨੀ। ਕਹਿੰਦਾ ਮੇਰੇ ਭਰਾ ਨੀ ਆ ਗਏ, ਕਹਿੰਦਾ ਮੇਰੇ ਭਰਾ ਵਾ, ਕਹਿੰਦਾ ਅਨਕੇਤ ਹੁਣੀ, ਸ਼ੇਖ ਹੁਣੀ। ਮੈਂ ਕਿਹਾ ਇਹ ਵੀ ਤਾਂ ਤੇਰੇ ਭਰਾ ਹੀ ਆ, ਦੁਸ਼ਮਣ ਇੱਥੇ ਬੀਜਾ ਆਇਆ 10-20 ਬੰਦੇ ਲੈ ਕੇ। ਮੈਂ ਆਰਾਮ ਨਾਲ ਬੀਜੇ ਕੋਲ ਗਈ, ਮੈਂ ਕਿਹਾ ਬੀਜੇ ਤੇਰੀ ਕੋਈ ਲੜਾਈ ਨੀ ਸਾਡੇ ਨਾਲ। ਬੀਜੇ ਨੇ ਮੇਰੇ ਚਪੇੜ ਕੱਢ ਕੇ ਮਾਰੀ, ਕਹਿੰਦਾ ਚੱਲ ਗਸਤੀਏ, ਕਹਿੰਦਾ ਭੈਣ ਚੋਦੀਏ, ਕਹਿੰਦਾ ਉੱਥੇ ਮੈਨੂੰ ਢਾ ਲਿਆ ਉਹਨੇ। ਮੈਂ ਨਿਆਣੇ ਲੈ ਕੇ ਦੌੜ ਕੇ ਅੰਦਰ ਵੜ ਗਈ ਆਪਣੇ, ਮੈਂ ਗੁੰਡਾ ਲਾ ਲਿਆ, ਮੇਰੇ ਕੋਠੇ ਚੜ ਗਏ 10-20 ਜਣੇ, ਸਾਰਿਆਂ ਨੇ ਮੇਰਾ ਘਰ ਉੱਤੋਂ ਕਮਰਾ ਤੋੜ ਦਾ ਹਮਲਾ ਕੀਤਾ। ਮੇਰੇ ਘਰ ਤੋਂ ਉੱਠਾ ਇੱਕ ਕੈਠਾ, ਮੇਰੇ ਇੱਟ ਚੱਲੀ ਵੀ ਮੈਂ ਕੋਠੇ ਤੋਂ ਆਪਣੇ ਮੱਚੇ ਨੀ ਅੰਦਰ ਬਾਹਰ ਕੱਢੇ। ਉਹ ਬੀਜੇ ਨੇ ਕੀਤਾ ਜੀ, ਇੱਥੇ ਬੰਦਾ ਪਰੇ ਕਰਕੇ ਗੋਲੀ ਚਲਾਈ ਆ, ਬੀਜੇ ਸ਼ੇਖ ਉਹਨਾਂ ਨੇ, ਇਹਨਾਂ ਨੇ ਚਲਾਈ, 20 ਬੱਚਿਆਂ ਨੇ ਫੈਲ ਕੀਤਾ ਇਹਨਾਂ ਨੇ, ਮੁੰਡਿਆਂ ਨੇ। ਫਿਰ ਮੁੰਡੇ ਬੀਜੇ ਬੂਜੇ ਹੋਣੀ ਸੀ, ਮੈਂ ਤਾਂ ਉਹਦੇ ਮੁੰਡੇ ਲੈ ਕੇ ਦੌੜ ਗਈ। ਬੀਜਾ ਸੀ ਬੀਜੇ ਨਾਲ ਮੁੰਡੇ, ਕਾਲੀ ਸੀ, ਹਾਬੀ ਸੀ, ਸ਼ੇਖ ਸੀ, ਅਨਕੇਤ ਸੀ, ਬਹੁਤ ਜਣੇ ਮੁੰਡੇ, ਅੰਗਤ ਸੀ। ਹਾਂਜੀ, ਹੋਰ ਆਪਣੇ ਮਨੀ ਦਾ ਮੁੰਡਾ, ਮਨੀ ਗੱਲ ਦਾ, ਹਾਂਜੀ, ਬੰਦੇ ਕਾਬੂ ਕੀਤਾ? ਕੋਈ ਨੀ ਕਾਬੂ ਕੀਤਾ ਜੀ। ਕਿੰਨੇ ਫੈਰ ਹੋਏ ਆ? 2 ਲੱਗਦੇ ਆ। 2 ਫੈਰ ਹੋਏ? ਹਾਂਜੀ। ਕੀ ਕਾਰਵਾਈ ਕਰ ਰਹੇ? ਚੱਲ ਰਹੀ ਕਰ ਰਹੇ।